ਸ਼ਿਕਾਇਤ ਜਿਹੜੀ ਰੱਖੀ ਗਈ ਆ ਕਿਹੜੇ ਕਾਰਨ ਕਰਕੇ ਕੀ ਮੁੱਦੇ ਆ ਇਹਦੇ? ਦਰਅਸਲ ਜਿਸ ਦਿਨ ਦਾ ਅੰਦੋਲਨ ਚੱਲਿਆ ਹੈ ਕਿ ਸਾਡੇ ਵੀਰ ਜਿਹੜੇ ਆ ਇੱਥੇ ਆਸਾ ਮਾਨਸਾ ਜਿਹੜਾ ਟੋਲ ਪਲਾਜ਼ਾ ਹੈ ਇੱਥੇ ਇਹ ਪਹਿਲੇ ਦਿਨ ਤੋਂ ਬੈਠੇ ਆ। ਅੱਜ ਇਹਨਾਂ ਨੂੰ ਇੱਕ ਸਾਲ ਹੋ ਗਿਆ ਬੈਠਿਆਂ ਨੂੰ ਇੱਥੇ, ਔਰ ਇਹਨਾਂ ਦੇ ਮਨ ਦੀ ਭਾਵਨਾ ਸੀ ਕਿ ਆਪਾਂ ਆਪਣਾ ਸਾਲ ਵੀ ਮਨਾਈਏ, ਇੱਕ ਸਾਲ ਤੋਂ ਅਸੀਂ ਅੰਦੋਲਨ ਦੇ ਵਿੱਚ ਹਾਂ। ਔਰ ਮੈਂ ਸਮਝਦਾ ਕਿ ਸਾਡੇ ਜਿੰਨੇ ਵੀ ਯੋਧੇ ਨੇ ਪੰਜਾਬ ਦੇ ਜਿੱਥੇ ਜਿੱਥੇ ਵੀ ਟੋਲਾਂ 'ਤੇ ਬੈਠੇ ਨੇ, ਉਹ ਸਾਰਿਆਂ ਦੀ ਵੱਡੀ ਕੁਰਬਾਨੀ ਹੈ ਕਿ ਉਹ ਜਿਹੜੀ ਅੰਦੋਲਨ ਦੀ ਸੰਯੁਕਤ ਮੋਰਚੇ ਦੀ ਕੋਈ ਕੌਲ ਹੁੰਦੀ ਆ ਉਹਨੂੰ ਨਿਭਾਉਂਦੇ ਨੇ ਬਾਖੂਬੀ, ਔਰ ਉਹਨੂੰ ਨਿਭਾਉਂਦੇ ਹੋਏ ਇਹ ਦ੍ਰਿੜਤਾ ਦੇ ਨਾਲ ਇੱਥੇ ਜਿਹੜਾ ਟੋਲ ਪਲਾਜ਼ਾ ਇੱਥੇ ਬੈਠੇ ਹੈ। ਸੋ ਇਹਨਾਂ ਨੇ ਹੁਕਮ ਲਾਇਆ ਸੀ ਅੱਜ ਕਿ ਆਪਾਂ ਇੱਥੇ ਇਕੱਤਰ ਹੋਣਾ ਅਤੇ ਤੁਸੀਂ ਹਾਜ਼ਰੀ ਭਰਨੀ ਆ। ਸੋ ਇੱਥੇ ਹਾਜ਼ਰੀ ਭਰਨਾ ਹੈ ਅੱਜ ਦੇ ਦਿਨ, ਅਤੇ ਇਹਨਾਂ ਦੇ ਹੁਕਮ ਅਨੁਸਾਰ ਇਹ ਜੋ ਹੁਕਮ ਲਾਉਣਗੇ ਉਸੇ ਤਰੀਕੇ ਨਾਲ ਅਸੀਂ ਇਹਨਾਂ ਦੇ ਨਾਲ ਹੈ। ਬਿਲਕੁਲ ਸਰ, ਜਿਹੜੀ ਇੱਕ ਲਖੀਮਪੁਰ ਖੀਰੀ ਦੇ ਵਿੱਚ ਜੋ ਦੁਖਾਂਤ ਵਾਪਰਿਆ ਉਸ ਬਾਰੇ ਕੀ? ਉਹ ਦੇਖੋ ਬੀਜੇਪੀ ਦਾ ਜਿਹੜਾ ਚਿਹਰਾ ਉਹ ਨੰਗਾ ਹੋਇਆ ਸਾਹਮਣੇ, ਇਹ ਜਾਬਰ ਸਰਕਾਰ ਹੈ, ਇਹ ਲੋਕਾਂ 'ਤੇ ਤਸ਼ੱਦਦ ਕਰਦੇ ਨੇ, ਘੱਟ ਗਿਣਤੀਆਂ ਨੂੰ ਇਹ ਮਾਰਨਾ ਹੀ ਚਾਹੁੰਦੇ ਨੇ, ਕਹਿ ਦਿਓ ਘੱਟ ਗਿਣਤੀਆਂ 'ਤੇ ਜ਼ੁਲਮ ਕਰਦੇ ਨੇ ਇਹ ਇਸ ਤਰੀਕੇ ਦੇ ਨਾਲ ਕਿ ਇੱਕ ਆਪਣਾ ਜਿਹੜਾ ਇਹਨਾਂ ਦਾ ਡੰਡਾ ਤੰਤਰ ਹੈ, ਗੁੰਡਾ ਤੰਤਰ, ਉਹਨੂੰ ਲਾਗੂ ਕਰਨਾ ਚਾਹੁੰਦੇ ਹੈ। ਸੋ ਉਹਦਾ ਹੀ ਇੱਕ ਕਹਿ ਦਿਓ ਕਿ ਹਿੱਸਾ ਹੈ ਕਿ ਜਿਹੜੇ ਸਾਡੇ ਉੱਥੇ ਕਿਸਾਨ ਵੀਰ ਪ੍ਰੋਟੈਸਟ ਕਰ ਰਹੇ ਸਨ ਉਹ ਵਾਪਸ ਆ ਰਹੇ ਸਨ, ਪਿੱਛੇ ਤੋਂ ਆ ਕੇ ਵਿਦ ਪਲੈਨ ਕਰਕੇ ਉਹਨਾਂ ਦੇ ਵਿੱਚ ਮੁੰਡਾ ਸਾਡਾ ਸੀਗਾ ਤਜਿੰਦਰ ਵਿਰਕ, ਸਾਡਾ ਵੀਰ ਆ, ਉਹ ਆਗੂ ਆ ਉੱਥੇ, ਅਸਲ ਦੇ ਵਿੱਚ ਉਹਨੂੰ ਕਤਲ ਕਰਨ ਦੇ ਇਰਾਦੇ ਨਾਲ ਕੀਤਾ, ਬਾਕੀ ਸਾਥੀ ਲਪੇਟ ਜਿਹੜੇ ਲਪੇਟ 'ਚ ਆ ਗਏ। ਉਹ ਵੀ ਬੜਾ ਉੱਥੇ ਗੁੜਗਾਉਂ ਹੋਸਪਿਟਲ ਦਾਖਲ ਹੈ, ਹੈੱਡ ਇੰਜਰੀ ਹੋਈ ਸੀ ਉਹਦੀ। ਮੈਂ ਸਮਝਦਾ ਕਿ ਇਹ ਵੱਡਾ ਜ਼ਬਰ ਹੈ, ਇਹ ਤੋਂ ਵੱਡਾ ਤਸ਼ੱਦਦ ਨਹੀਂ ਹੋ ਸਕਦਾ। ਸਰ ਜੇ ਗੱਲ ਕੀਤੀ ਜਾਏ ਤਾਂ ਫਿਰ ਸੰਯੁਕਤ ਮੋਰਚੇ ਵੱਲੋਂ ਜਿਹੜਾ ਹੈਗਾ ਰਾਜੀਨਾਮੇ ਨੂੰ ਕਾਲੀ ਕਿਉਂ ਕੀਤੀ? ਦੇਖੋ ਜਿਹੜਾ ਕੰਪਰੋਮਾਈਜ਼ ਕੀਤਾ ਗਿਆ ਕਾਲੀ ਕੋਈ ਨਹੀਂ ਹੈ, ਇਹ ਹੁੰਦਾ ਕਿ ਦਬਾਓ 'ਚ ਸਰਕਾਰ ਕਦੋਂ ਵੱਧ ਹੈ। ਉਸ ਵਕਤ ਸਰਕਾਰ 'ਤੇ ਵੱਡਾ ਦਬਾਓ ਸੀ ਕਿ ਇੱਥੇ ਲੋਕ ਬਹੁਤ ਆ ਜਾਣਗੇ, ਅਤੇ ਦਬਾਓ 'ਚ ਆ ਕੇ ਸਰਕਾਰ ਨੇ ਗੱਲ ਆਖੀ ਕਿ ਤੁਸੀਂ ਆਪਣੀਆਂ ਮੰਗਾਂ ਸਾਨੂੰ ਦੱਸੋ। ਸੋ ਉਹ ਮੰਗਾਂ ਦੱਸੀਆਂ ਗਈਆਂ, ਉਹਨਾਂ ਦੇ ਮੁਤਾਬਕ ਗੌਰਮੈਂਟ ਐਗਰੀ ਹੋਈ ਹੈ। ਉਹ ਉਹਨਾਂ ਨੇ 45-45 ਲੱਖ ਰੁਪਈਆ ਜਿਹੜਾ ਦਿੱਤਾ ਹੈ, ਕੋਈ ਪੈਸੇ ਲਈ ਨਹੀਂ ਇਹ ਕੰਪਰੋਮਾਈਜ਼ ਹੋਇਆ, ਕੰਪਰੋਮਾਈਜ਼ ਇਸ ਸ਼ਰਤ 'ਤੇ ਹੋਇਆ ਕਿ ਉਹ ਜਿਹੜਾ ਟਹਿਣੀ ਦਾ ਲੜਕਾ ਹੈ ਉਹਦਾ, ਉਹ ਅੰਦਰ ਜਾਏਗਾ ਜੇਲ੍ਹ ਦੇ ਵਿੱਚ, ਸਜ਼ਾ ਉਹਨੂੰ ਪੂਰੀ ਹੋਏਗੀ, ਔਰ ਦੂਸਰੀ ਗੱਲ ਜਿਹੜਾ ਮੰਤਰੀ ਪਦ ਉਹਦਾ ਉਹ ਵੀ ਲਿਆ ਜਾਏਗਾ। ਸੋ ਉਹਦੀ ਜਲਦ ਤੋਂ ਜਲਦ ਰੈਸਟ ਹੋਏਗੀ, ਔਰ ਜਿਹੜੇ ਪਰਿਵਾਰਾਂ ਦੇ ਵਿੱਚ ਸ਼ਹੀਦੀਆਂ ਹੋਈਆਂ ਨੇ ਉਹਨਾਂ ਨੂੰ ਕੰਪਨਸੇਸ਼ਨ ਦੇ ਰੂਪ ਦੇ ਵਿੱਚ ਉਹ ਸਹਾਇਤਾ ਹੁੰਦੀ ਹੈ, ਉਹਦੇ ਰੂਪ ਦੇ ਵਿੱਚ 45 ਲੱਖ ਰੁਪਈਆ, ਔਰ ਇੱਕ ਇੱਕ ਉਹਨਾਂ ਦੇ ਜੀ ਨੂੰ ਨੌਕਰੀ ਸਰਕਾਰੀ, ਉਹਦੇ 'ਤੇ ਕੰਪਰੋਮਾਈਜ਼ ਹੋਈ। ਕੰਪਰੋਮਾਈਜ਼ ਇਸ ਕਰਕੇ ਸੀ ਕਿ ਭਾਈ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਆਪਾਂ ਬਾਅਦ 'ਚ ਵੀ 5 ਦਿਨ ਕਰਦੇ, 10 ਦਿਨ ਬਾਅਦ 'ਚ ਕਰਦੇ, ਉੱਥੇ 10 ਦਿਨ ਬੈਠ ਕੇ ਕਰਦੇ, ਤਾਂ ਆਪਣੀ ਮੰਗ ਤਾਂ ਇਹੀ ਸੀ ਨਾ ਕਿ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸੋ ਉਹਨੂੰ ਉਹਦੀ ਹੁਣ ਅਰੈਸਟ ਵੀ ਹੋ ਗਈ ਹੈ, ਉਹ ਜੇਲ੍ਹ ਵੀ ਚਲਾ ਗਿਆ। ਹੁਣ ਸਾਡੀ ਮੰਗ ਹੈ ਕਿ ਉਹਦਾ ਜਿਹੜਾ ਬਾਪ ਹੈ, ਜਿਹੜਾ ਗ੍ਰਹਿ ਮੰਤਰੀ ਹੈ ਹੁਣ ਇਸ ਵੇਲੇ ਕਹਿ ਦਿਓ, ਡਿਪਟੀ ਮਿਨਿਸਟਰ ਹੈ ਉਹ ਆਪਣੇ ਭਾਰਤ ਦਾ, ਸੋ ਉਹਨੂੰ ਇਹ ਕਹਿ ਸਕਦੇ ਹਾਂ ਕਿ ਉਹਦੀ ਵੀ ਜਿਹੜਾ ਮੰਤਰੀ ਪਦ ਹੈ ਉਹ ਤੋਂ ਲਿਆ ਜਾਵੇ। ਸਬਸਕ੍ਰਾਈਬ ਟੂ ਆਵਰ ਯੂਟਿਊਬ ਚੈਨਲ ਨਿਊਜ਼ DNN ਬਾਈ ਕਲਿਕਿੰਗ ਦ ਬੈਲ ਆਈਕੋਨ। ਡੋਂਟ ਫੋਰਗੇਟ ਟੂ ਲਾਈਕ, ਕਮੈਂਟ ਐਂਡ ਸ਼ੇਅਰ।